ਕਿ ਨਾਗਾ ਜਗਲਾਤ ਵਰਕਰ ਜੁਨੀਅਨ ਪੰਜਾਬ ਰੇਂਜ ਗਰਦਾਸਪੁਰ ਅੱਜ ਸੀ ਕਿ ਨਾਗਾ ਤੇ ਜਿਹੜਾ ਆਸੀ ਹੈ ਅੱਜ ਦਾ ਪ੍ਰੋਗਰਾਮ ਦੇ ਰਹੇ ਆ ਸਾਡੀ ਮੰਗ ਪਹਿਲੀ ਆ ਵੀ ਜਿਹੜੇ ਆਧਾਰ ਤੇ ਸਾਡੇ ਵਰਕਰ ਪੱਕੇ ਹੋਣੇ ਆ ਉਹਨਾਂ ਦਾ ਰਿਕਾਰਡ ਭੇਜਣ ਬਾਰੇ ਤੇ ਇਥੋਂ ਦਾ ਡੀਐਫਓ ਰਕਾਰ ਨਹੀਂ ਭੇਜ ਰਿਹਾ ਸਾਡੇ ਵਰਕਰਾਂ ਦੀਆਂ ਤਰਖਾਵਾਂ ਜਿਹੜੀਆਂ ਨੇ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਰੁਕੀਆਂ ਅਜੇ ਤੱਕ ਤਰਖਾਵਾਂ ਦਾ ਕੋਈ ਵੀ ਹਿਲਾ ਨਹੀਂ ਕਰ ਰਹੀ ਸਾਡੇ ਵਰਕਰਾਂ ਨੂੰ ਬਾਹਰ ਜਿਹੜੇ ਨਵੇਂ ਕੰਮ ਫੀਲਡ 'ਚ ਚੱਲਦੇ ਸੀ ਉਹ ਨਹੀਂ ਕਿਨਾਂਗਾ ਚਲਾਏ ਜਾ ਰਹੇ ਲਰਸ਼ੀਆਂ ਦੇ ਕੰਮ ਬੰਦ ਕੀਤੇ ਜਾ ਰਹੇ ਅਜੇ ਤੱਕ ਕੋਈ ਨਵੀਂ ਭਰਾਈ ਨਹੀਂ ਕੀਤੀ ਜਾ ਰਹੀ ਜੇਕਰ ਸਾਡਾ ਡੀਐਫਓ ਨੇ ਲਿਸਟ ਨਾ ਭੇਜੀ ਸਾਡੀਆਂ ਮੰਗਾਂ ਨਾ ਸੁਣੀਆਂ ਤੇ ਅਸੀਂ ਇੱਥੇ ਲਗਾਤਾਰ ਕਿਨਾਂਗਾ ਸੰਘਰਸ਼ ਕਰਾਂਗੇ ਤੇ ਅਜ ਤੋਂ ਬਾਅਦ ਅਸੀਂ ਆਪਣਾ ਪੁਤਲਾ ਵੀ ਇਹਨਾਂ ਦਾ ਫੁਕਾਂਗੇ ਤੇ ਅਗਹ ਤਾਰ ਲਗਾਤਾਰ ਅਸੀਂ ਜਿਹੜਾ ਵਾਸ਼ਿੰਗ ਅਰਚ ਕਰਦੇ ਰਹਾਂਗੇ ਸਾਡੀਆਂ ਮੰਗਾ ਜਿਹੜੀਆਂ ਮੰਗਾ ਦਾ ਮਤਲਬ ਹੈ ਕਿ ਅਸੀਂ 3 ਸਾਲ ਦਾ ਸਰਕਾਰ ਨੇ ਪਾਲਸੀ ਬਣਾਈ ਸੀ 3 ਸਾਲ ਦੇ ਪੱਕੇ ਕਰਨ ਵਾਸਤੇ ਇਹ ਥੋੜਾ ਚਿਰ ਹੋ ਗਿਆ 3 ਸਾਲ ਦਾ ਪੱਕੇ ਕਰਨ ਵਾਸਤੇ ਸਰਕਾਰ ਨੇ ਪਾਲਸੀ ਬਣਾਈ ਸੀ ਉਹਦੇ ਵਿੱਚ ਰਿਕਾਰਡ ਜਿਹੜਾ ਸਾਰੇ ਪੰਜਾਬ ਚੋਂ ਰਿਕਾਰਡ ਚਲੇ ਗਿਆ ਵਾ ਇਸ ਡਿਵੀਜ਼ਨ ਦਾ ਸਾਡੀ ਦਾ ਜਿਹੜਾ ਰਿਕਾਰਡ ਹੈ ਇਹ ਜਿਹੜਾ ਭੇਜ ਨਹੀਂ ਰਿਹਾ ਇਹ ਸਹੀ ਰਿਕਾਰਡ ਜਿਹੜਾ ਭੇਜ ਦੇਣ ਤੇ ਸਾਡੇ ਬੰਦੇ ਪੱਕੇ ਜਿਹੜੇ ਹੋ ਸਕਦੇ ਆ ਜੇਕਰ ਰਿਕਾਰਡ ਨਾ ਪੇ ਆ ਜਾਵੇ ਤੇ ਸਾਡੇ ਬੰਦੇ ਪੱਕੇ ਨਹੀਂ ਹੋ ਸਕਦੇ ਜਿਹੜੇ 200 ਬੰਦਾ ਸਾਡਾ ਜਿਹੜਾ ਪੱਕਾ ਹੋਣ ਤੋਂ ਰਹਿ ਜਾਂਦਾ ਵਾ ਇਸ ਵਾਸਤੇ ਸਾਡੇ ਡੀਐਫਓ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਰਿਕਾਰਡ ਜਿਹੜਾ ਉਹ ਭੇਜਿਆ ਜਾਵੇ ਜੇਕਰ ਨਹੀਂ ਭੇਜਦਾ ਤੇ ਅਸੀਂ ਸੰਘਰਸ਼ ਜਿਹੜਾ ਵਿੜਿਆ ਜਾਵੇਗਾ ਵੱਧ ਤੋਂ ਵੱਧ ਸੰਘਰਸ਼ ਕਰਾਂਗੇ ਤੇ ਸਾਡਾ ਇਹ ਡੀਐਫਓ ਰਿਕਾਰਡ ਭੇਜ ਦੇਵੇ ਤੇ ਅਸੀਂ ਉਹਨਾਂ ਸਾਹਮਣੇ ਕੋ ਜਾਵਾਂਗੇ ਆਪਾਂ ਤਾਂ ਨਾ ਇਸ ਕਰਕੇ ਮਾਰੇ ਆ ਪੰਜ ਅਗਲਾਸ ਵਰਕਰ ਜੁਨੇ ਪੰਜਾਬ ਜ਼ਿਲ੍ਹਾ ਗਰਦਾਸਪੁਰ ਆ ਤਿੰਨਾ ਤਿੰਨਾ ਸਾਲਾਂ ਵਾਲੀ ਪਾਲਸੀ ਆਈ ਸੀ ਉਹ ਤੇ ਆਪਾਂ ਰਿਕਾਰਡ भेज के बंदे पक्के होने ही ਸਾਡੇ ਨਾਲ ਬੇਇਨਸਾਫੀ ਹੋਣ ਦੀ ਆ ਜੇ ਰਿਕਾਰਡ ਨਹੀਂ ਭੇਜਦੇ ਸਾਡੇ ਬੰਦੇ ਕੱਚੇ ਰਹਿਣਗੇ ਇਹ ਕਰਕੇ ਆਪਾਂ ਲਗਾਤਾਰ ਧੰਨਾ ਮਾਰਾਂਗੇ ਹੋਰ ਵੀ ਨਾਲ ਆਪਣਾ ਜਿਹੜੇ ਝਮੂੜੀ ਜਥੇਬੰਦੀਆਂ ਨਾਲ ਆਪਾਂ ਨਾਲ ਲਾ ਕੇ ਬਾਕੀ ਪੰਜਾਬ ਚ ਹੋ ਗਏ ਸਾਰੇ ਬਾਕੀ ਪੰਜਾਬ ਚੋਂ ਚੱਲ ਗਿਆ ਵਾ ਸਾਡੇ ਜ਼ਿਲ੍ਹੇ ਦਾ ਰਹਿੰਦਾ ਵਜੇ ਗਰਦਾਪੁਰ ਜੀ ਡੀਐਫਓ ਸਾਹਿਬ ਨਹੀਂ ਭੇਜ ਰਿਹਾ ਕਮੇਟੀ ਨੂੰ ਉੱਤੇ ਉਹ ਕਹਿੰਦਾ ਜੇ ਰੇਂਜਾਂ ਤੋਂ ਬਣ ਕੇ ਆ ਗਿਆ ਤੇ ਨਾਲ ਰੇਂਜਾਂ ਦੇ ਸਾਈਨ ਹੋ ਗਏ ਆ ਇੱਥੇ ਹੁਣ ਉੱਤੇ ਭੇਜਣਾ ਉਹ ਨਹੀਂ ਭੇਜਿਆ ਜਾ ਰਿਹਾ ਇਹ